ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਰੂਸ ਦੀ। ਆਪਾਂ ਜਾਣਦੇ ਹਾਂ ਕਿ ਰੂਸ ਯੂਕਰੇਨ ਯੁੱਧ ਲੰਮੇ ਸਮੇਂ ਤੋਂ ਚੱਲ ਰਿਹਾ ਆ। ਇਹ ਯੁੱਧ ਕਈ ਤਰੀਕਿਆਂ ਦੇ ਨਾਲ ਚੱਲ ਰਿਹਾ, ਸਿੱਧਾ ਚੱਲ ਰਿਹਾ, ਡਿਪਲੋਮੈਟਿਕ ਚੱਲ ਰਿਹਾ ਆ, ਨਾਲ ਦੀ ਨਾਲ ਵਿੱਚ ਅਨਾਜ ਬੰਦ ਕਰ ਦਿੱਤਾ, ਗੈਸ ਬੰਦ ਕਰ ਦਿੱਤੀ ਆ, ਮਹਿੰਗਾਈ ਬਹੁਤ ਹੋ ਗਈ ਆ। ਇਸ ਯੁੱਧ ਦੇ ਵਿੱਚ ਪੂਰੀ ਦੁਨੀਆ ਦੇ ਪੀੜੀ ਜਾ ਰਹੀ ਆ। ਪਿਛਲੇ ਮਹੀਨੇ ਇੱਕ ਵੱਡੀ ਪਾਈਪਲਾਈਨ ਦੇ ਵਿੱਚ ਦੋ ਧਮਾਕੇ ਹੋਏ। ਉਹ ਪਾਈਪਲਾਈਨ ਜਿਹੜੀ ਕਿ ਰੂਸ ਤੋਂ ਜਰਮਨੀ ਤੱਕ ਗੈਸ ਲੈ ਕੇ ਆਉਂਦੀ ਆ। ਹੁਣ ਰੂਸ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਇੰਨੇ ਪੱਕੇ ਸਬੂਤ ਆ ਵੀ ਇਹ ਜਿਹੜੀ ਪਾਈਪਲਾਈਨ ਦੇ ਵਿੱਚ ਧਮਾਕੇ ਹੋਏ ਆ ਇਹਦੇ ਵਿੱਚ ਇੰਗਲੈਂਡ ਦਾ ਹੱਥ ਸੀਗਾ। ਹਾਲਾਂਕਿ ਇੰਗਲੈਂਡ ਅਤੇ ਯੂਰਪ ਜਿਹੜਾ ਆ ਅਤੇ ਆਪਣਾ ਜਰਮਨ ਆ ਇਹ ਸਾਰੇ ਇਕੱਠੇ ਇੱਕ ਪਾਸੇ ਅਮਰੀਕਾ ਦੇ ਨਾਲ ਆ, ਉਹ ਗੈਸ ਵਾਲੀ ਪਾਈਪਲਾਈਨ ਜਿਹੜੀ ਜਰਮਨ ਨੂੰ ਆ ਰਹੀ ਆ, ਪਰ ਉਹ ਕਹਿੰਦੇ ਇੰਗਲੈਂਡ ਨੇ ਸ਼ੈਤਾਨੀ ਕੀਤੀ ਆ ਅਤੇ ਇਹ ਧਮਾਕੇ ਜਿਹੜੇ ਆ ਕੀਤੇ ਆ, ਅਤੇ ਸਾਡੇ ਕੋਲ ਇਸ ਗੱਲ ਦੇ ਪੱਕੇ ਸਬੂਤ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹਦੇ ਬਾਰੇ ਦੱਸਾਂਗੇ ਕਿ ਨੌਰਥ ਸਟ੍ਰੀਮ ਪਾਈਪਲਾਈਨ ਦੇ ਵਿੱਚ ਜਿਹੜੇ ਧਮਾਕੇ ਹੋਏ ਸੀਗੇ ਉਹ ਇੰਗਲੈਂਡ ਵੱਲੋਂ ਕਰਵਾਏ ਗਏ ਸੀਗੇ ਅਤੇ ਅਸੀਂ ਇਹਦੇ ਸਬੂਤ ਜਿਹੜੇ ਆ ਹੁਣ ਆਪਣੇ ਕੋਲ ਰੱਖਦੇ ਹਾਂ। ਸੋ ਦੁਨੀਆ ਨੂੰ ਤਰੀਕੇ ਨਾਲ ਇਹ ਦੱਸਣਾ ਚਾਹੁੰਦੇ ਆ ਵੀ ਇੱਥੇ ਹਰੇਕ ਇਹ ਮੁਲਕ ਆਪਣਾ ਦਾਅ ਲਾ ਰਿਹਾ, ਬੇਸ਼ੱਕ ਕਹਿਣ ਨੂੰ ਜਿਹੜੇ ਸਾਰੇ ਇਕੱਠੇ ਆ ਪਰ ਵਿੱਚ ਸ਼ੈਤਾਨੀਆਂ ਕੀਤੀਆਂ ਜਾ ਰਹੀਆਂ। ਇੰਗਲੈਂਡ ਹੁਣ ਇਹਦਾ ਕੀ ਜਵਾਬ ਦਿੰਦਾ, ਉਹ ਸਬੂਤ ਕਿਵੇਂ ਬਾਹਰ ਆਉਂਦੇ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਆ, ਕਿਉਂਕਿ ਇਹਦੇ ਵਿੱਚ ਬਹੁਤ ਕੁਝ ਹੋ ਰਿਹਾ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।